ਫਿਰ ਕੇਕ ਤੁਹਾਡੇ ਇੱਥੋਂ ਕੀ ਸਪਲਾਈ ਹੋ ਰਿਹਾ? ਪਰ ਅੱਜ ਮਤਲਬ ਕਿ ਹੁਣੀ ਫੋਨ ਆਇਆ ਕਿ ਕੇਕ ਔਨਲਾਈਨ ਦੇਣਾ ਕੇਕ, ਠੀਕ ਹੈ ਅਸੀਂ ਦੇਖਦਾ, ਪਰ ਇੱਦਾਂ ਸਾਡਾ ਪਰਮਾਨੈਂਟ ਕੋਈ ਉੱਦਾਂ ਨਹੀਂ ਹੈ ਕਿ ਜਿਵੇਂ ਹੁਣ ਸਾਨੂੰ ਕਹਿ ਰਹੇ ਕਿ ਕੇਕ ਤੁਹਾਡੇ ਵੱਲੋਂ ਗਿਆ 24 ਤਰੀਕ, ਇਸ ਤਰ੍ਹਾਂ ਕਹਾਂਗੇ ਜੇ ਸਾਡੇ ਵੱਲੋਂ ਗਿਆ ਤਾਂ ਉਹਦੀ ਜੀਪੇ ਦੀ ਸਟੇਟਮੈਂਟ ਕਢਾ ਦਿਓ, ਸਾਡੀ ਵੀ ਕਢਾ ਦਿਓ, ਜਿਨ੍ਹਾਂ ਨੇ ਔਡਰ ਕੀਤਾ ਉਹਨਾਂ ਦੀ। ਹੋ ਸਕਦਾ ਤੁਸੀਂ ਕੈਸ਼ ਆਨ ਡਿਲੀਵਰੀ ਦਿੱਤਾ ਹੋਵੇ ਕੇਕ, ਹੋ ਸਕਦਾ ਕੈਸ਼ ਆਨ ਡਿਲੀਵਰੀ। ਪਰ ਸਵਾਲ ਇਹ ਹੈ, ਸਵਾਲ ਇਹ ਹੈ ਜੀ, ਜਿਹੜਾ ਉੱਥੇ ਕਾਨਾ ਬੇਕਰ ਰਜਿਸਟਰਡ ਹੈ ਉਹਦੇ ਵਿੱਚ GST ਨੰਬਰ ਤੁਹਾਡਾ? ਸਾਡਾ ਨਹੀਂ। ਉਹਦੇ ਵਿੱਚ FSSI ਜਿਹੜਾ ਹੈ ਲਾਇਸੈਂਸ ਲਿਖਿਆ ਹੋਇਆ ਉਹ ਤੁਹਾਡਾ ਕਿ ਨਹੀਂ? ਸਾਡਾ ਨਹੀਂ। ਕਾਗਜ਼ ਡੁਪਲੀਕੇਟ ਨੇ ਮਤਲਬ ਉਹ ਸਾਰੇ ਜਿਹੜੇ ਦਿਖਾ ਰਹੇ ਨੇ? ਸਾਡਾ ਮੈਚ ਕੋਈ ਨਹੀਂ ਕੀਤਾ ਹੋਇਆ ਨਾ ਸਾਡੇ ਕੋਲ। ਕੋਈ ਵੀ ਕਾਨਾ ਬੇਕਰ ਤੇ ਜੇਕਰ ਆਰਡਰ ਕਰਦਾ ਤਾਂ ਤੁਹਾਡੇ ਕੋਲ ਕਿਵੇਂ ਆਉਂਦਾ ਕੇਕ ਲੈਣ? ਸਰ ਉਹ ਪਟਿਆਲੇ 'ਚ ਕਿੱਥੋਂ ਵੀ ਆਰਡਰ ਪਿਕ ਕਰਵਾ ਲੈਂਦੇ ਨੇ, ਚਾਹੇ ਹੋਮ ਆਪਣਾ ਜਿਹੜੇ ਹੋਮ ਮੇਕਰ ਆਉਂਦੇ ਨੇ ਕੇਕ ਉਹ ਵਿੱਚ ਕਰਵਾ ਲੈਂਦੇ ਨੇ, ਉੱਥੋਂ ਕਰਵਾ ਲੈਂਦੇ। ਮਤਲਬ ਕੇਕ ਤਾਂ ਤੁਹਾਡਾ ਹੈ ਨਾ ਜੀ? ਕਿਹੜਾ ਜੀ? ਜਿਹੜਾ ਉਹ ਕੇਕ? ਨਹੀਂ ਨਹੀਂ ਨਹੀਂ, ਸਾਡਾ ਕੇਕ ਨਹੀਂ। ਉਸ ਦਿਨ ਸਾਡਾ ਕੋਈ ਕੇਕ ਗਿਆ ਵੀ ਨਹੀਂ 24 ਤਰੀਕ ਨੂੰ, ਨਾ ਉਸ ਦਿਨ ਉਹਨਾਂ ਨੇ ਕੇਕਾਂ ਦਾ ਆਰਡਰ ਆਇਆ। ਮਤਲਬ ਕਹਿੰਦਾ ਵੀ ਮੀਲੀ ਸੜਕ ਅਦਾਂਤ ਜਾਂ ਰੋਡ ਕਾਨਾ ਤੋਂ ਕੋਈ ਆਇਆ ਵੀ ਆਰਡਰ ਤਾਂ ਉਹਦੀ ਪੇਮੈਂਟ ਕਰ ਰਿਹਾ ਹੈ। ਐਡਰੈਸ ਕਿਉਂ ਤੋਂ ਦੰਦਾ ਜਿਹੜੇ ਮੁੰਡੇ ਨੂੰ ਅੱਜ ਪੁਲਿਸ ਇੱਥੇ ਲੈ ਕੇ ਆਈ ਸੀ ਉਹ ਉਸੇ ਘਰ ਤੋਂ ਲੈ ਕੇ ਆਈ ਜਿਸ ਘਰ ਚ ਉਸਨੇ ਵੀ ਆ ਕੇ ਬਿਆਨ ਦਿੱਤਾ ਕਿ ਤੁਸੀਂ ਇਹ ਪਟਿਆਲਾ ਤੁਸੀਂ ਸਾਨੂੰ ਜਿੱਥੋਂ ਲੋਕੇਸ਼ਨ ਆਉਂਦੀ ਹੈ ਉੱਥੋਂ ਕੇਕ ਪਿਕ ਕਰਦੇ ਹਾਂ ਇਸ ਐਡਰੈਸ ਤੋਂ ਕੇਕ ਆਉਣਾ। ਅਤੇ ਕੀ ਚੀਜ਼ ਹੈ ਕਾਨਾ ਬੇਕਰ, ਕੀ ਚੀਜ਼ ਹੈ? ਸਰ ਸਾਨੂੰ ਕੁਛ ਨਹੀਂ ਪਤਾ, ਸਾਨੂੰ ਤਾਂ ਦੇਖੋ ਫੋਨ ਆਇਆ ਕਿ ਕੇਕ ਸਰ ਤੁਹਾਡੇ ਨਾਲ ਜੁੜੇ ਇਸ ਐਡਰੈਸ 'ਤੇ ਸੀ ਕੇਕ ਦੇਣਾ ਜੀ, ਇਸ ਐਡਰੈਸ 'ਤੇ ਦੇਣਾ ਜੀ, ਪੇਮੈਂਟ ਆਹ ਚੀਜ਼ ਆਹ ਚੀਜ਼। ਤੁਸੀਂ ਐਡਰੈਸ ਖੁਦ ਪਹੁੰਚਾਉਂਦੇ ਹੋ ਕੇਕ? ਨਹੀਂ ਨਹੀਂ ਸਰ, ਖੁਦ ਉਹਨਾਂ ਬੰਦੇ ਲੈਣਾ ਹੁੰਦਾ ਕਿ ਸਾਡਾ ਕੇਕ ਮਤਲਬ ਲੈਣ ਆ ਰਿਹਾ। ਕੌਣ ਲੈਣਾ ਹੁੰਦਾ? ਚਾਹੇ ਕੋਈ ਜੋਮੈਟੋ ਆ ਗਿਆ, ਕਦੀ ਕੋਈ ਆ ਗਿਆ ਪਰਸਨ ਆ ਗਿਆ, ਕਈ ਐਡਰੈਸ 'ਤੇ ਵੀ ਆਉਂਦੇ ਨੇ। ਸਰ ਤੁਹਾਡੇ ਕਿੱਥੋਂ ਆਉਂਦੇ ਜੀ ਫਿਰ? ਜਿਹੜਾ ਕਾਨਾ ਬੇਕਰ ਨੂੰ ਕੇਕ ਮਿਲਦਾ ਰਸੀਵ ਹੁੰਦਾ? ਨਹੀਂ ਕੇਕ ਕਾਨਾ ਦਾ ਤਾਂ ਅੱਜ ਆਇਆ ਨਾ ਜੀ, ਕੇਕ ਕਾਨਾ ਤਾਂ ਪਹਿਲਾਂ ਕਹਿ ਰਿਹਾ ਕਿ ਜੇ ਹੋਰ ਲੋਕਲ ਕੋਈ ਵੀ ਰੈਜੀਡੈਂਸ ਤੋਂ ਫੋਨ ਆ ਜਾਂਦਾ ਤਾਂ ਅਸੀਂ ਕੇਕ ਕਰਨੇ, ਉਹ ਤੁਸੀਂ ਦੇ ਦਿੰਦੇ ਹੋ। ਪਰ ਜਿਹੜਾ ਇਹ ਕੇਕ 24 ਤਰੀਕ ਨੂੰ ਗਿਆ ਜਿਸ ਦਿਨ 10 ਸਾਲ ਦੇ ਬੱਚੇ, ਸਾਡੇ ਕੋਈ ਨਹੀਂ ਕਹੇਗਾ ਜੀ, ਨਾ ਉਹਨਾਂ ਕੋਲ ਉਹ ਚੀਜ਼ ਹੈਗੀ ਕਿ ਅਸੀਂ ਕੇਕ ਦਿੱਤਾ ਹੋਵੇ, ਨਾ ਸਾਡਾ ਉੱਥੇ ਕੋਈ ਬੈਨਰ ਹੋਏਗਾ ਸਾਡਾ, ਜੇ ਫੈਲਾ ਵੀ ਸਾਡਾ ਇੰਡੀਆ ਵਿੱਚ ਜਾਂਦਾ ਜੀ। ਸਰ ਜਿਹੜਾ ਬਿੱਲ ਕੱਟਿਆ ਨਾ ਜੀ ਉਸ ਦਿਨ ਵਾਲਾ ਬਿੱਲ ਕੱਟਿਆ, ਉਹਦੇ 'ਤੇ ਐਡਰੈਸ ਹੈ 246 ਪੀਲੀ ਸੜਕ ਅਦਾਲਤ ਬਾਜ਼ਾਰ, ਅਦਾਲਤ ਬਾਜ਼ਾਰ ਆ ਕਾਨਾ ਬੇਕਰ ਪੀਲੀ ਸੜਕ ਆ ਰਿਹਾ ਜੀ 246। ਜੋਮੈਟੋ ਨਾਲ ਉਹਦੇ ਨਾਲ ਗੱਲ ਵੀ ਕੀਤੀ, ਉਹ ਚਹਿਲ ਬੇਕਰੀ ਕੋਲ ਜਾ ਰਿਹਾ ਜੀ, ਚਹਿਲ ਕੁਆਟਰ ਕੋਲ ਕੋਈ ਨਹੀਂ। 246 ਐਡਰੈਸ ਹੈ 246 ਪੀਲੀ ਸੜਕ, ਤੁਹਾਡਾ 246 ਸਾਡਾ 246 ਸਾਡਾ ਉੱਥੇ, ਇਹ ਤਾਂ ਅਸੀਂ ਸਰ ਪਰਸੋਂ ਕੇਵਲ ਐਡਰੈਸ ਕੀ ਹੈ ਜੀ, ਇਹ ਸਾਡਾ ਨਹੀਂ, ਸਾਡਾ ਉੱਥੇ ਜੀ ਐਡਰੈਸ ਕੀ ਹੈ, ਐਡਰੈਸ ਕੀ ਹੈ 34 ਨੰਬਰ ਸਾਹਮਣੇ ਪੀਲੀ ਸੜਕ ਸਰ, ਇਹਦਾ ਐਡਰੈਸ ਕੀ ਹੈ ਦੁਕਾਨ ਦਾ? ਇਸ ਦੁਕਾਨ ਦਾ 37 ਬਟਾ ਜੀ, ਸਾਡੇ ਨਾਲ ਕੋਈ ਲਿੰਕ ਨਹੀਂ ਕੀਤਾ ਹੋਇਆ ਜੀ। ਹਾਂਜੀ, ਤੁਸੀਂ ਫੋਨ ਆ ਕੇ ਕੇਸ ਦੇ ਦਿੰਦਾ ਸਾਡੇ ਅੱਜ ਕੇਸ ਜੀ ਆਇਆ ਫੋਨ ਕਲੀਅਰ ਤੋਂ ਦੇਖ ਦੇ ਸਾਡਾ, ਪਰ ਇੱਦਾਂ ਕੋਈ ਨਹੀਂ ਕਿ ਸਾਡਾ ਵੀ ਆਪਣੀ ਜੋਮੈਟੋ ਵੀ ਆ ਚੱਲੇ, ਸਾਡੇ ਆਪਣੀ ਇੰਡੀਆ ਵਿੱਚ ਵੀ ਜੋਮੈਟੋ ਦੇ ਆਪ ਕੋਈ ਨਹੀਂ। ਅਤੇ ਫਿਰ ਇਹ ਕੇਕ ਤੁਹਾਡੇ ਇੱਥੋਂ ਕੀ ਸਪਲਾਈ ਹੋ ਰਿਹਾ? ਪਰ ਅੱਜ ਮਤਲਬ ਕਿ ਹੁਣੀ ਫੋਨ ਆਇਆ ਕਿ ਕੇਕ ਔਨਲਾਈਨ ਦੇਣਾ ਕੇਕ, ਠੀਕ ਹੈ ਅਸੀਂ ਦੇਖਦਾ, ਪਰ ਇੱਦਾਂ ਸਾਡਾ ਪਰਮਾਨੈਂਟ ਕੋਈ ਉੱਦਾਂ ਨਹੀਂ ਹੈ ਕਿ ਜਿਵੇਂ ਹੁਣ ਸਾਨੂੰ ਕਹਿ ਰਹੇ ਕਿ ਕੇਕ ਤੁਹਾਡੇ ਵੱਲੋਂ ਗਿਆ 24 ਤਰੀਕ, ਇਸ ਤਰ੍ਹਾਂ ਕਹਾਂਗੇ ਜੇ ਸਾਡੇ ਵੱਲੋਂ ਗਿਆ ਤਾਂ ਉਹਦੀ ਜੀਪੇ ਦੀ ਸਟੇਟਮੈਂਟ ਕਢਾ ਦਿਓ, ਸਾਡੀ ਵੀ ਕਢਾ ਦਿਓ, ਜਿਨ੍ਹਾਂ ਨੇ ਔਡਰ ਕੀਤਾ ਉਹਨਾਂ ਦੀ। ਹੋ ਸਕਦਾ ਤੁਸੀਂ ਕੈਸ਼ ਆਨ ਡਿਲੀਵਰੀ ਦਿੱਤਾ ਹੋਵੇ ਕੇਕ, ਹੋ ਸਕਦਾ ਕੈਸ਼ ਆਨ ਡਿਲੀਵਰੀ? ਪਰ ਸਵਾਲ ਇਹ ਹੈ, ਸਵਾਲ ਇਹ ਹੈ ਜੀ, ਜਿਹੜਾ ਉੱਥੇ ਕਾਨਾ ਬੇਕਰ ਰਜਿਸਟਰਡ ਹੈ ਉਹਦੇ ਵਿੱਚ GST ਨੰਬਰ ਤੁਹਾਡਾ? ਸਾਡਾ ਨਹੀਂ। ਉਹਦੇ ਵਿੱਚ FSSI ਜਿਹੜਾ ਹੈ ਲਾਇਸੈਂਸ ਲਿਖਿਆ ਹੋਇਆ ਉਹ ਤੁਹਾਡਾ ਕਿ ਨਹੀਂ? ਸਾਡਾ ਨਹੀਂ। ਕਾਗਜ਼ ਡੁਪਲੀਕੇਟ ਨੇ ਮਤਲਬ ਉਹ ਸਾਰੇ ਜਿਹੜੇ ਦਿਖਾ ਰਹੇ ਨੇ? ਸਾਡਾ ਮੈਚ ਕੋਈ ਨਹੀਂ ਕੀਤਾ ਹੋਇਆ ਨਾ ਸਾਡੇ ਕੋਲ। ਕੋਈ ਵੀ ਕਾਨਾ ਬੇਕਰ ਤੇ ਜੇਕਰ ਆਰਡਰ ਕਰਦਾ ਤਾਂ ਤੁਹਾਡੇ ਕੋਲ ਕਿਵੇਂ ਆਉਂਦਾ ਕੇਕ ਲੈਣ? ਸਰ ਉਹ ਪਟਿਆਲੇ 'ਚ ਕਿੱਥੋਂ ਵੀ ਆਰਡਰ ਪਿਕ ਕਰਵਾ ਲੈਂਦੇ ਨੇ, ਚਾਹੇ ਹੋਮ ਆਪਣਾ ਜਿਹੜੇ ਹੋਮ ਮੇਕਰ ਆਉਂਦੇ ਨੇ ਕੇਕ ਉਹ ਵਿੱਚ ਕਰਵਾ ਲੈਂਦੇ ਨੇ, ਉੱਥੋਂ ਕਰਵਾ ਲੈਂਦੇ। ਮਤਲਬ ਕੇਕ ਤਾਂ ਤੁਹਾਡਾ ਹੈ ਨਾ ਜੀ?
ਕਿਹੜੇ ਜਿਹੜਾ ਉਹ ਕੇਕ ਨਹੀਂ 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 ਸਾਡਾ ਕੇਕ ਨਹੀਂ ਉਸ ਦਿਨ ਸਾਡਾ ਕੋਈ ਕੇਕ ਗਿਆ ਵੀ ਨਹੀਂ 24 ਤਰੀਕ ਨੂੰ ਉਹਨਾਂ ਨੇ ਕੇਕਾਂ ਦਾ ਆਰਡਰ ਆਇਆ ਮਤਲਬ ਕਹਿੰਦਾ ਵੀ ਪੀਲੀ ਸੜਕ ਰਾਜਾ ਰੋਡ ਕੇਕਾਂ ਤੋਂ ਕੋਈ ਆਇਆ ਵੀ ਆਰਡਰ ਤਾਂ ਉਹਦੀ ਪੇਮੈਂਟ ਵੀ ਕਰ ਦਿੰਦੇ ਆ ਸਰ ਪੰਜ ਪਿੱਛੇ ਐਡਰੈਸ ਕਿਉਂ ਤੋਂ ਦੰਦਾ ਜਿਹੜੇ ਮੁੰਡੇ ਨੂੰ ਅੱਜ ਪੁਲਿਸ ਇੱਥੇ ਲੈ ਕੇ ਆਈ ਸੀ ਉਹ ਉਸੇ ਘਰ ਤੋਂ ਲੈ ਕੇ ਆਈ ਜਿਸ ਘਰ ਉਸਨੇ ਵੀ ਆ ਕੇ ਬਿਆਨ ਨੂੰ ਦਿੱਤਾ ਕਿ ਤੁਸੀਂ ਇਹ ਪਟਿਆਲਾ ਤੁਸੀਂ ਸਾਨੂੰ ਜਿੱਥੋਂ ਲੋਕੇਸ਼ਨ ਆਉਂਦੀ ਸੀ ਉੱਥੋਂ ਕੇਕ ਬੇਕ ਕਰਦੇ ਇਸ ਐਡਰੈਸ 'ਤੇ ਕੇਕਾਂ ਨਾਲ ਅਤੇ ਕੀ ਚੀਜ਼ ਹੈ ਕਾਨਾ ਬੇਕਰ ਕੀ ਚੀਜ਼ ਹੈ ਸਰ ਸਾਨੂੰ ਕੁਛ ਨਹੀਂ ਪਤਾ ਸਾਨੂੰ ਤਾਂ ਦੇਖੋ ਫੋਨ ਆਉਂਦਾ ਕਿ ਕੇਕ ਸਰ ਤੁਹਾਡੇ ਨਾਲ ਜੁੜੇ ਪੂਰਾ ਹੁੰਦੇ ਹਾਂ ਇਸ ਐਡਰੈਸ 'ਤੇ ਕੇਕ ਦੇਣਾ ਜੀ ਇਸ ਐਡਰੈਸ 'ਤੇ ਦੇਣਾ ਜਾਂ ਪੇਮੈਂਟ ਆਹ ਚੀਜ਼ ਆ ਚੀਜ਼ ਕਰੋ ਤੁਸੀਂ ਐਡਰੈਸ ਖੁਦ ਪਹੁੰਚਾਉਂਦੇ ਹੋ ਕੇਕ ਨਹੀਂ ਨਹੀਂ ਸਰ ਖੁਦ ਉਹਨਾਂ ਬੰਦੇ ਲੈਣ ਆਉਂਦੇ ਕਿ ਸਾਡਾ ਕੇਕ ਮਤਲਬ ਲੈਣ ਆ ਰਿਹਾ ਕੌਣ ਲੈਣਾ ਚਾਹੀਦਾ ਕੋਈ ਜੋਮੈਟੋ ਆ ਗਿਆ ਕਦੇ ਕੋਈ ਆ ਗਿਆ ਪਰਸਨ ਆ ਗਿਆ ਕਈ ਐਡਰੈਸ 'ਤੇ ਵੀ ਆਉਂਦੇ ਨੇ ਸਰ ਤੁਹਾਡੇ ਕਿੱਥੋਂ ਆਉਂਦੇ ਜੀ ਫਿਰ ਜਿਹੜਾ ਕਾਨਾ ਬੇਕਰ ਨੂੰ ਕੇਕ ਮਿਲਦਾ ਹੈ ਬਿੱਲ ਕਟਿਆ ਨਾ ਜੀ ਉਸ ਦਿਨ ਵਾਲਾ ਬਿੱਲ ਕਟਿਆ ਉਹਦੇ ਤੇ ਐਡਰੈਸ ਹੈ 246 ਪੀਲੀ ਸੜਕ ਅਦਾਲਤ ਬਾਜ਼ਾਰ ਕਾਨਾ ਬੇਕਰ ਪੀਲੀ ਸੜਕ ਆ ਰਿਹਾ ਜੀ 246 ਜ਼ੋਮੈਟੋ ਗੱਲ ਵੀ ਕੀਤੀ ਉਹ ਚਹਿਲ ਬੇਕਰੀ ਕੋਲ ਜਾ ਰਿਹਾ ਸੀ ਚਹਿਲ ਕੁਆਟਰ ਨਹੀਂ 246 ਐਡਰੈਸ ਹੈ 246 ਤੁਹਾਡਾ ਪੀਲੀ ਸੜਕ ਤੁਹਾਡਾ 246 246 ਸਾਡਾ ਉੱਥੇ ਇਹ ਤਾਂ ਅਸੀਂ ਸਰ ਪਰਸੋਂ ਕੇਵਲ ਐਡਰੈਸ ਕੀ ਹੈ ਇਹ ਸਾਡਾ ਨਹੀਂ ਸਾਡਾ ਉੱਥੇ ਇਹ ਐਡਰੈਸ ਕੀ ਇਹਦਾ ਐਡਰੈਸ ਕੀ ਹੈ 34 ਨੰਬਰ ਸਾਹਮਣੇ ਪੀਲੀ ਸੜਕ ਸਰ ਇਹਦਾ ਐਡਰੈਸ ਕੀ ਹੈ ਇਹ ਦੁਕਾਨ ਦਾ ਹਾਂਜੀ 37 ਬਟਾ